ਇਓਂ ਲੱਗਦਾ ਜਿਵੇਂ ਇਹ ਮੇਰੇ ਦਾਦੀ ਤੇ ਦਾਦਾ ਹੋਣ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਹੱਥ ਲਾਇਆ ਹੋਇਆ ਆਸ਼ੀਰਵਾਦ ਕੇ ਗੁਰੂਆਂ ਦਾ ਆਸ਼ੀਰਵਾਦ ਪੰਜਾਬ ਦੀ ਧਰਤੀ ਤੇ ਰਵੇ ਆਹ ਜਿਹੜੀ ਉਹਨਾਂ ਨੇ ਸ਼ਾਨਦਾਰ ਚੀਜ਼ ਬਣਾਈ ਆ ਕਮਾਲ ਦੀ ਸਿੱਧੂ ਮੂਸੇ ਵਾਲਾ ਦਾ ਬੁੱਤ ਬਣਾਇਆ ਤੇ ਸਭ ਤੋਂ ਅੱਗੇ ਉਹਨਾਂ ਨੇ ਕਲਮ ਲਾਈ ਆ ساری ਜ਼ਿੰਦਗੀ ਭਗਤਪੂਰਨ ਸਿੰਘ ਹਰਣਾ ਨੇ ਦੂਸਰਿਆਂ ਦੇ ਲੇਖੇ ਲਾਈ ਸੀ ਤੇ ਇੱਥੇ ਵੀ ਉਹਨਾਂ ਨੇ ਦੇਖੋ ਸਾਈਕ ਰੇੜੀ ਬਣਾਈ ਹੋਈ ਆ ਉਹਦੇ ਤੇ ਲੈ ਕੇ ਜਾ ਰਹੇ ਨੇ ਬਾਬਾ ਨਜ਼ਮੀ ਹੁਣਾਂ ਦਾ ਵੀ ਲਾਇਆ ਹੋਇਆ ਹੈ ਬੁੱਤ ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਏਉਂ ਲੱਗਦਾ ਜਿਵੇਂ ਇਹ ਮੇਰੇ ਦਾਦੀ ਤੇ ਦਾਦਾ ਹੋਣ ਪਰ ਇਹ ਅਸਲੀ ਨਹੀਂ ਬੁੱਤ ਨੇ ਮੋਗਾ ਦੇ ਪਿੰਡ ਘਲਕਲਾਂ ਦੇ ਵਿੱਚ ਆ ਜਿੱਥੇ ਕਿ ਬਾਈ ਮਨਜੀਤ ਸਿੰਘ ਹੁਣੀ ਤੇ ਉਹਨਾਂ ਦੇ ਭਰਾ ਬੁੱਤ ਬਣਾਉਂਦੇ ਨੇ ਬਹੁਤ ਹੀ ਸੋਹਣੇ ਬੁੱਤ ਹੁੰਦੇ ਇਹਨਾਂ ਦੇ ਪਰੀਨਤ ਸਿਰਫ ਜਾਨਣਾ ਨਹੀਂ ਹੈ ਗਿਆ ਤੇ ਇੱਧਰ ਵੀ ਬਹੁਤ ਸੋਹਣੀਆਂ ਹੋਰ ਉਹਨਾਂ ਨੇ ਮੂਰਤਾਂ ਬਣਾਈਆਂ ਹੋਈਆਂ ਸ਼ਹੀਦ ਰਾਜਗੁਰੂ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਦੀ ਤੇ ਉਧਰ ਮਦਨ ਲਾਲ ਢਿੰਗਰਾ ਉਹਨਾਂ ਦੀ ਵੀ ਤਸਵੀਰ ਬਣਾਈ ਹੋਈ ਆ ਸਾਰੇ ਜਿੰਨੇ ਵੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਹਿੱਸਾ ਪਾਇਆ ਸੀ ਉਹਨਾਂ ਦੇ ਇੱਥੇ ਸਟੈਚੂ ਬਣੇ ਹੋਏ ਨੇ ਬਹੁਤ ਹੀ ਸ਼ਾਨਦਾਰ ਕਲਾਕਾਰੀ ਕਰਦੇ ਨੇ ਮਿਹਨਤ ਨਾਲ ਕੰਮ ਕੀਤਾ ਜਾਂਦਾ ਤੇ ਇਹ ਸਾਰੇ ਜਿਹੜੇ ਬੁੱਤ ਬਣੇ ਆ ਉਹ ਫਾਈਬਰ ਦੇ ਬਣੇ ਹੋਏ ਨੇ ਇੱਧਰ ਡਾਕਟਰ ਭੀਮਰਾਓਂ ਮੇਦਕਰ ਭਾਰਤ ਰਤਨ ਜੀ ਨੂੰ ਮਿਲਿਆ ਸੀ ਤੇ ਉਹਨਾਂ ਦਾ ਵੀ ਬੁੱਤ ਲੱਗਾ ਹੋਇਆ ਆ ਇੱਧਰ ਲਾਲ ਬਹਾਦਰ ਸ਼ਾਸਤਰੀ ਹੋਰਾਂ ਦਾ ਬੁੱਤ ਲੱਗਾ ਹੋਇਆ ਤੇ ਉੱਧਰ ਗੌਤਮ ਬੁੱਧ ਸ਼ੁਰੂਆਤ ਦੇ ਵਿੱਚ ਉਹਨਾਂ ਦੀ ਮੂਰਤੀ ਲਾਈ ਹੋਈ ਆ ਜਿਹਦੇ ਉੱਤੇ ਲਿਖਿਆ ਵੀ ਹੋਇਆ ਕਿ ਦੂਸਰਿਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੋ ਜਿਸ ਤਰ੍ਹਾਂ ਦਾ ਵਿਵਹਾਰ ਤੁਸੀਂ ਆਪਣੇ ਨਾਲ ਚਾਹੁੰਦੇ ਹੋ ਤਾਂ ਵਾਕਈ ਜੇਕਰ ਤੁਸੀਂ ਕਿਸੇ ਤੋਂ ਇੱਜ਼ਤ ਕਰਾਉਣੀ ਹੈ ਤਾਂ ਇੱਜ਼ਤ ਕਰਨੀ ਪਾਏਗੀ ਤਾਂ ਮੋਗਾ ਦੇ ਪਿੰਡ ਦੇ ਵਿੱਚ ਆ ਜਿੱਥੇ ਬਹੁਤ ਸੋਹਣੀਆਂ ਮੂਰਤਾਂ ਹੋਰ ਵੀ ਅੱਗੇ ਬਣੀਆਂ ਹੋਈਆਂ ਆ ਤੇ ਇੱਥੇ ਜਦੋਂ ਸ਼ੁਰੂਆਤ ਹੁੰਦੀ ਹੈ ਜਦੋਂ ਆਪਾਂ ਐਂਟਰ ਹੀ ਹੁੰਦੇ ਆ ਉਧਰ ਭਾਰਤ ਦਾ ਲੱਗਾ ਹੋਇਆ ਆ ਜਿਵੇਂ ਬੋਰਡ ਲੱਗੇ ਹੁੰਦੇ ਨਾ ਕਿ ਦੱਸਦੇ ਕਿੰਨੇ ਕਿਲੋਮੀਟਰ ਤੇ ਉਹਵੇਂ ਦਾ ਉਹਨਾਂ ਨੇ ਬਣਾਇਆ ਹੋਇਆ ਸ਼ੁਰੂ ਦੇ ਵਿੱਚ ਮੈਨੂੰ ਲੱਗਦਾ ਇੱਧਰ ਪੰਜਾਬ ਲਿਖਿਆ ਆ ਤੇ ਇੱਧਰ ਵੀ ਭਾਰਤੀ ਲਿਖਿਆ ਹੋਇਆ ਹੈ ਉਹਨਾਂ ਨੇ ਤੇ ਸਭ ਤੋਂ ਅੱਗੇ ਇਹ ਆਉਂਦਾ ਹੱਥ ਜਿਹੇ ਤੇ ਬਣਿਆ ਹੋਇਆ ਤੇ ਉਹਨਾਂ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਤੇ ਹੱਥ ਲਾਇਆ ਹੋਇਆ ਆ ਅਸ਼ੀਰਵਾਦ ਕਿ ਗੁਰੂਆਂ ਦਾ ਅਸ਼ੀਰਵਾਦ ਪ ਪੰਜਾਬ ਜੋ ਗੁਰੂਆਂ ਪੀਰਾਂ ਦੇ ਨਾਂ ਦੇ ਉੱਤੇ ਵੱਸਦਾ ਹੈ ਤਾਂ ਆਸ਼ੀਰਵਾਦ ਹਮੇਸ਼ਾ ਬਣਿਆ ਰਹੇ ਸੁੱਖ ਸ਼ਾਂਤੀ ਬਣੀ ਰਹੇ ਤਾਂ ਅੱਗੇ ਵੀ ਦਿਖਾਉਂਦੇ ਆ ਹੋਰ ਕਿਹੜੇ ਕਿਹੜੇ ਬੁੱਤ ਇੱਥੇ ਲੱਗੇ ਹੋਏ ਆ ਬਹੁਤ ਹੀ ਸੋਹਣਾ ਮਾਹੌਲ ਹੈ ਰੁੱਖ ਬੂਟੇ ਵੀ ਲੱਗੇ ਹੋਏ ਆ ਤੇ ਇਹਨਾਂ ਦੇ ਵਿੱਚ ਹੀ ਇਹ ਸਟੈਚੂ ਵੀ ਪਏ ਨੇ ਤਾਸ਼ੀਦ ਕਰਤਾਰ ਸਿੰਘ ਸਰਾਬਾ ਹੋਰਾਂ ਦਾ ਸਟੈਚੂ ਲੱਗਾ ਹੋਇਆ ਆ ਦੇਸ਼ ਭਗਤ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਆਪਣਾ ਯੋਗਦਾਨ ਦਿੱਤਾ ਸਾਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਵੀ ਕੁਰਬਾਨੀਆਂ ਕੀਤੀਆਂ ਨੇ ਤੇ ਉਧਰ ਬਾਬਾ ਨਜ਼ਮੀ ਹੁਣਾਂ ਦਾ ਵੀ ਲਾਇਆ ਹੋਇਆ ਹੈ ਬੁੱਤ ਉੱਤੇ ਬੋਰਡ ਵੀ ਲਿਖਿਆ ਕਲ ਕਲਾ ਮੋਗਾ ਪੰਜਾਬ ਭਾਰਤ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਬਾਬਾ ਨਜ਼ਮੀ ਦੀ ਬਹੁਤ ਹੀ ਸੋਹਣੀਏ ਸਤਰਾਂ ਨੇ ਜਿਹੜੀਆਂ ਜਦੋਂ ਬੰਦੇ ਹਡਾਵਾਂ ਡੋਲ ਹੁੰਦੇ ਨੇ ਤਾਂ ਇਹ ਸਤਰਾਂ ਉਹਨਾਂ ਨੂੰ ਸੁਣਾਈਆਂ ਜਾਂਦੀਆਂ ਕਿ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਇਧਰ ਮੈਮੋਰੀਅਲ ਭਗਤਪੂਰਨ ਸਿੰਘ ਜੀ ਬਾਨੀ ਪਿੰਗਲਵਾੜਾ ਮਹਾਨ ਦੇਸ਼ ਭਗਤ پارک ਆ ਇਹਦਾ ਨਾਮ ਹੈ ਉਹ ਵੀ ਆ ਦੇਖੋ ਜੋ ਕੰਮ ਕਰਦੇ ਸੀ ਉਸੇ ਕੰਮ ਨੂੰ ਹੋਬ ਹੋ ਉਹਨਾਂ ਨੇ ਪੇਸ਼ ਕੀਤਾ ਹੋਇਆ ਹੈ ਇਹਨਾਂ ਨੇ ਹਮੇਸ਼ਾ ساری ਜ਼ਿੰਦਗੀ ਭਗਤਪੂਰਨ ਸਿੰਘ ਹਰਣਾ ਨੇ ਦੂਸਰਿਆਂ ਦੇ ਲੇਖੇ ਲਾਈ ਸੀ ਤੇ ਇੱਥੇ ਵੀ ਉਹਨਾਂ ਨੇ ਦੇਖੋ ਸਾਈ ਰੇੜੀ ਬਣਾਈ ਹੋਈ ਹੈ ਉਹਦੇ ਤੇ ਲੈ ਕੇ ਜਾ ਰਹੇ ਨੇ ਤਾਂ ਬਹੁਤ ਹੀ ਸ਼ਾਨਦਾਰ ਹੈ ਕੰਮ ਹੈ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਇਧਰ ਨੀਰਜਾ ਪਨੋਟ ਜਿਨ੍ਹਾਂ ਨੇ ਜਾਨਾਂ ਬਚਾਈਆਂ ਸੀ ਜਦੋਂ ਜਹਾਜ਼ ਹਾਈਜੈਕ ਹੁੰਦਾ ਆ ਕਰਾਚੀ ਦੇ ਵਿੱਚ ਤਾਂ ਇਹਨਾਂ ਦਾ ਵੀ ਸਟੈਚੂ ਬਣਾ ਕੇ ਲਾਇਆ ਹੋਇਆ ਦੇ ਉੱਪਰ ਜਹਾਜ਼ ਵੀ ਬਣਾਇਆ ਹੋਇਆ ਤਾਂ ਨੀਰਜਾ ਪਨੋਟ ਨੂੰ ਵੀ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਆ ਉਹਨਾਂ ਦਾ ਬੁੱਤ ਬਣਾ ਕੇ ਬਹਾਦਰ ਕੁੜੀ ਭਾਰਤ ਦੇ ਵੱਲੋਂ ਵੀ ਇਹਨਾਂ ਨੂੰ ਸਨਮਾਨ ਸਨਮਾਨਿਤ ਕੀਤਾ ਗਿਆ ਸੀ ਤੇ ਪਾਕਿਸਤਾਨ ਦੇ ਵੱਲੋਂ ਵੀ ਸਾਹਮਣੇ ਵੀ ਸਾਰਾ ਗੜੀ ਦੇ ਸ਼ਹੀਦ ਜਿਹੜੇ ਨੇ ਉਹਨਾਂ ਦੀ ਯਾਦ ਦੇ ਵਿੱਚ ਬੁੱਤ ਬਣੇ ਹੋਇਆ ਸ਼ਹੀਦ ਕਰਤਾਰ ਸਿੰਘ ਮਸਤੋਹਰਾਂ ਦੀ ਉਹ ਤਸਵੀਰ ਬਣੀ ਹੋਈ ਆ ਤਾਂ ਅੱਗੇ ਉਧਰ ਮਿਲਖਾ ਸਿੰਘ ਦਾ ਵੱਡਾ ਸਟੈਚੂ ਬਣਾਇਆ ਹੋਇਆ ਆ ਪੰਜਾਬੀਅਤ ਨੂੰ ਬਿਆਨ ਕਰਦੀਆਂ ਤਸਵੀਰਾਂ ਵੀ ਬਣੀਆਂ ਹੋਈਆਂ ਅੱਗੇ ਮੱਝ ਬਣੀ ਹੋਈ ਆ ਬਲਦ ਨੇ ਬਲਦਾਂ ਦੀ ਜੋੜੀ ਆ ਜਿਵੇਂ ਸ਼ੁਰੂਆਤ ਦੇ ਵਿੱਚ ਜਦਾਦੇ ਬਾਬੇ ਉਹਨਾਂ ਦੀ ਫੋਟੋ ਲੱਗੀ ਹੋਈ ਸੀ ਆ ਦੇਖੋ ਇੱਧਰ ਵੀ ਬੀਬੀ ਦੀ ਤਸਵੀਰ ਬਣੀ ਹੋਈ ਆ ਤੇ ਉਧਰ ਉਹ ਬਲਦਾਂ ਦੀ ਜੋੜੀ ਆ ਤਾਂ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੋਇਆ ਆ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਤੇ ਮਲਾਲਾ ਦੀ ਤਸਵੀਰ ਹੈ ਬਹਾਦਰ ਕੁੜੀ ਪਾਕਿਸਤਾਨ ਦੀ ਉਹਦੀ ਵੀ ਇੱਥੇ ਉਹਦਾ ਵੀ ਸਟੈਚੂ ਲਾਇਆ ਹੋਇਆ ਆ ਤੇ ਅੱਗੇ ਸ਼ੇਰ ਦਾ ਹਲੇ ਕੁਝ ਚੀਜ਼ਾਂ ਤਿਆਰ ਵੀ ਹੋ ਰਹੀਆਂ ਨੇ ਸਾਰਾ ਕੁਝ ਬਣਿਆ ਨਹੀਂ ਹੈ ਹਲੇ ਨਾਲ ਦੀ ਨਾਲ ਤਿਆਰ ਕਰ ਵੀ ਰਹੇ ਨੇ ਤਾਂ ਸਿੱਧੂ ਮੂਸੇਵਾਲਾ ਦਾ ਬੁੱਤ ਵੀ ਬਾਈ ਜੀ ਹੁਣਾਂ ਦੇ ਵੱਲੋਂ ਬਣਾਇਆ ਗਿਆ ਯਾਦ ਕੀਤਾ ਗਿਆ ਕਿ ਹਰ ਕੋਈ ਸਿੱਧੂ ਮੂਸੇਵਾਲਾ ਨੂੰ ਵੀ ਯਾਦ ਕਰ ਰਿਹਾ ਆਪਣੇ ਤਰੀਕੇ ਦੇ ਨਾਲ ਤਾਂ ਬਾਈ ਜੀ ਹੁਣਾਂ ਨੇ ਬਹੁਤ ਹੀ ਸੋਹਣਾ ਬੁੱਤ ਬਣਾਇਆ ਵਾ ਤੇ ਇੱਧਰ ਆ ਪੰਜਾਬੀਅਤ ਨੂੰ ਬੋਲਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇਧਰ ਬਾਬੂ ਰਾਜਵਲੀ ਹੋਣਾ ਦਾ ਵੀ ਬੁੱਤ ਬਣਾਇਆ ਹੋਇਆ ਆ ਪੰਜਾਬੀ ਵਿਰਸਾ ਦੇ ਚਾਦਰਾਂ ਲਾਇਆ ਉਹਨਾਂ ਨੇ ਕੁੜਤਾ ਚਾਦਰਾਂ ਪੰਜਾਬੀयत ਨੂੰ ਵੀ ਉਹਨਾਂ ਨੇ ਪੂਰਾ ਰੱਖਿਆ ਕਿਉਂਕਿ ਇਹ ਨਹੀਂ ਕਿ ਜੋ ਸਾਡਾ ਸੱਭਿਆਚਾਰ ਹੈ ਉਹ ਉਸੇ ਤਰ੍ਹਾਂ ਦੇ ਉਹਨਾਂ ਨੇ ਬੁੱਤ ਬਣਾਏ ਹੋਏ ਨੇ ਇਧਰ ਆ ਦੇਖੋ ਅੰਗਰੇਜ਼ਾਂ ਦਾ ਕੋਈ ਬੁੱਤ ਬਣਾਇਆ ਉਹਨਾਂ ਨੇ ਸਭ ਤੋਂ ਵੱਡਾ ਸਟੈਚੂ ਇੱਥੇ ਮਿਲਖਾ ਸਿੰਘ ਦਾ ਲੱਗਾ ਹੋਇਆ ਆ ਬਾਕੀ ਸਾਰੇ ਛੋਟੇ ਨੇ ਮਤਲਬ ਕੱਦ ਦੇ ਛੋਟੇ ਬਣਾਏ ਨੇ ਸਭ ਤੋਂ ਵੱਡਾ ਬੁੱਤ ਉਹਨਾਂ ਨੇ ਇਹੀ ਬਣਾਇਆ ਹੋਇਆ ਆ ਦ ਡਾਕਟਰ ਐਪੀ ਜੇ ਅਬਦੁਲ ਕਲਾਮ ਹੋਰਾਂ ਦਾ ਵੀ ਬੁੱਤ ਲਗਾਇਆ ਗਿਆ ਉਹਨਾਂ ਨੇ ਵਿੰਗ ਸੋ ਫਾਇਰ ਇਧਰ ਵੀ ਕੰਦ ਉੱਤੇ ਵੀ ਲੱਗੀਆਂ ਹੋਈਆਂ ਨੇ ਕੁਝ ਤਸਵੀਰਾਂ ਇਧਰ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਬਣਾਇਆ ਹੋਇਆ ਆ ਜਿਵੇਂ ਚੱਪੜ ਚਿੜੀ ਦੇ ਵਿੱਚ ਯਾਦਗਾਰ ਬਣੀ ਐ ਉੱਥੇ ਵੀ ਸੋਹਣੀਆਂ ਤਸਵੀਰਾਂ ਕਮਾਲ ਦੀਆਂ ਬਿਆਨ ਕਰਦੀਆਂ ਸਾਡੇ ਇਤਿਹਾਸ ਨੂੰ ਲਗਾਈਆਂ ਗਈਆਂ ਨੇ ਤੇ ਇੱਥੇ ਵੀ ਉਹਨਾਂ ਨੇ ਲਾਇਆ ਪੰਜਾ ਸਾਹਿਬ ਦਾ ਖੰਡਾ ਬਣਿਆ ਹੋਇਆ ਤੇ ਹਸਨ ਅਬਦਾਲ ਸ਼ਹੀਦੀ ਸਾਹਿਬਾ 1922 ਸ਼ਹੀਦ ਭਾਈ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਜੀ ਤਾਂ ਪੰਜਾਬ ਨੂੰ ਪੰਜਾਬ ਦੇ ਇਤਿਹਾਸ ਨੂੰ ਪੰਜਾਬੀ ਸੱਭਿਆਚਾਰ ਨੂੰ ਬਖੂਬੀ ਬਿਆਨ ਕੀਤਾ ਉਹਨਾਂ ਦੀਆਂ ਤਸਵੀਰਾਂ ਦੇ ਰਹੀਆਂ ਆ ਦੇ ਹੁਣ ਕੁਝ ਤਾਂ ਬਣ ਰਹੇ ਨੇ ਹੱਲੇ ਇਹ ਤਿਆਰ ਕਰਨੇ ਉਹਨਾਂ ਨੇ ਆ ਜਿਹੜੀ ਉਹਨਾਂ ਨੇ ਸ਼ਾਨਦਾਰ ਚੀਜ਼ ਬਣਾਈ ਆ ਕਮਾਲ ਦੀ ਸਿੱਧੂ ਮੂਸੇ ਵਾਲਾ ਦਾ ਬੁੱਤ ਬਣਾਇਆ ਤੇ ਸਭ ਤੋਂ ਅੱਗੇ ਉਹਨਾਂ ਨੇ ਕਲਮ ਲਈ ਆ ਕਿਉਂਕਿ ਉਹ ਕਲਮ ਦਾ ਧਨੀ ਸੀ ਉਹਦੇ ਗੀਤ ਆਪਣੀ ਜ਼ਿੰਦਗੀ ਬਾਰੇ ਤੇ ਜੋ ਦੂਸਰੇ ਨਾਲ ਬੀਤਦਾ ਉਹਨੂੰ ਬਿਆਨ ਕਰਦਾ ਸੀ ਆਪਣੀ ਕਲਮ ਦੇ ਰਾਹੀਂ ਤੇ ਹਥਿਆਰ ਹਥਿਆਰ ਦੇ ਅੱਗੇ ਕਲਮ ਲਾ ਦਿੱਤੀ ਹੈ ਕਿ ਦੋਨੋਂ ਚੀਜ਼ਾਂ ਸਾਡੇ ਲਈ ਜ਼ਰੂਰੀ ਨੇ ਆਪਣਾ ਦੇਸ਼ ਬਚਾਉਣ ਲਈ ਆਪਣਾ ਸਮਾਜ ਬਚਾਉਣ ਦੇ ਲਈ ਤਾਂ ਬਹੁਤ ਹੀ ਸੋਹਣਾ ਬੁੱਤ ਬਣਾਇਆ ਇਹ ਹਾਲੇ ਬੁੱਤ ਲੱਗਣਾ ਲੰਡਨ ਦੇ ਵਿੱਚ ਬੁੱਤ ਜਾਊਗਾ ਜਿੱਥੇ ਜਾ ਕੇ ਇਹਨੂੰ ਰੱਖਿਆ ਜਾਊਗਾ ਕਮਾਲ ਦੀ ਹੈ ਪੰਜਾਬੀ ਪੈਰਾਵਾ ਇਹਦੇ ਵਿੱਚ ਵੀ ਪਹਿਨਾਇਆ ਹੋਇਆ ਕਮਾਲ ਦੀ ਕਲਾਕਾਰੀ ਬਾਈ ਦੀ ਤੇ ਨਾਮ ਉਹਨਾਂ ਦਾ ਮਨਜੀਤ ਸਿੰਘ ਗਿੱਲ ਪਿੰਡ ਉਹਨਾਂ ਦਾ ਘਲਕਲਾ ਮੋਗਾ ਤੋਂ ਮੋਗਾ ਜਦੋਂ ਆਉਂਦੇ ਆ ਤਾਂ ਅੱਗੇ ਆ ਕੇ ਥੋੜਾ ਜਿਹਾ ਫਿਰੋਜ਼ਪੁਰ ਰੋਡ ਤੇ ਨਾਲ ਹੀ ਪਿੰਡ ਪੈਂਦਾ ਹੈ ਨੰਬਰ ਉਹਨਾਂ ਦਾ ਆ 9814499435 ਤਾਂ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਸਟੈਚੂ ਬਣਾਉਣਾ ਹੈ ਤਾਂ ਬਣਵਾ ਵੀ ਸਕਦੇ ਹੋ ਤਾਂ ਇੱਧਰ ਅੱਗੇ ਅੰਦਰ ਵੀ ਹੈਗਾ ਇੱਕ ਬੁੱਤ ਬਣਿਆ ਹੋਇਆ Nusrat Fateh Ali Khan ਦਾ ਤਹਾਰ ਤਸਵੀਰ ਲਗਭਗ ਜਿਨ੍ਹਾਂ ਨੇ ਆਪਣਾ ਹਿੱਸਾ ਪਾਇਆ ਸਮਾਜ ਦੇ ਲਈ ਸਾਹਿਦ ਦੇ ਲਈ ਦੇਸ਼ ਦੇ ਲਈ ਤਾਂ ਉਹਨਾਂ ਦੀਆਂ ਤਸਵੀਰਾਂ ਇੱਥੇ ਬਣੀਆਂ ਹੋਈਆਂ ਨੇ ਬਹੁਤ ਹੀ ਕਮਾਲ ਦਾ ਕੰਮ ਹੈ ਉਹਨਾਂ ਦਾ ਜੇਕਰ ਤੁਸੀਂ ਵੀ ਕੋਈ ਬੁੱਤ ਬਣਾਉਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ